ਸਾਹਿਬ ਬਾਰੀ ਦੁਆਰੇ
ਪਰਮਾਤਮਾ ਦੇ ਘਰ ਤੋਂ ਲੰਮਾ ਪੈਂਡਾ ਸਫ਼ਰ ਤੈਅ ਕਰਕੇ ਇਸ ਮਤਲਬ ਤੇ ਆਏ ਆ। ਕੀ ਕਰਨ ਵਾਸਤੇ? ਇੱਕ ਸੌਦੇ ਦੀ ਗੱਲ ਹੋ ਰਹੀ ਹੈ ਕਿ ਪਰਦੇਸ ਝਾਗ ਸੌਦੇ ਕੋ ਆਇਆ, ਆਪਣਾ ਦੇਸ ਛੱਡ ਕੇ ਤੁਸੀਂ ਪਰਦੇਸ ਦੇ ਵਿੱਚ ਇੱਕ ਸੌਦਾ ਲੈਣ ਵਾਸਤੇ ਆਏ ਆ। ਜਿਵੇਂ ਆਪਾਂ ਆਪਣੇ ਬੱਚੇ ਨੂੰ ਸ਼ੁਰੂ ਤੋਂ ਪੜ੍ਹਾਉਂਦੇ ਲਿਖਾਉਂਦੇ ਹਾਂ, ਲੱਖਾਂ ਕਰੋੜਾਂ ਰੁਪਈਆ ਆਪਾਂ ਉਹਦੀ ਪੜ੍ਹਾਈ 'ਤੇ ਖਰਚ ਕਰਦੇ ਹਾਂ ਅਤੇ ਬਾਅਦ ਵਿੱਚ ਆਪਾਂ ਆਪਣੇ ਬੱਚੇ ਨੂੰ ਪਰਦੇਸ ਦੇ ਵਿੱਚ ਭੇਜਦੇ ਹਾਂ। ਕੋਈ ਅਮਰੀਕਾ ਭੇਜਦਾ, ਕੋਈ ਕਨੇਡਾ, ਕੋਈ ਨਿਊਜ਼ੀਲੈਂਡ, ਕੋਈ ਕਿੱਥੇ, ਕੋਈ ਕਿੱਥੇ। ਕਿਉਂ ਭੇਜਦੇ ਹਾਂ? ਕਿ ਆ ਜਿਹੜਾ ਸਾਡਾ ਘਰ ਦੇ ਹਾਲਾਤ ਆ ਉਹ ਚੰਗੇ ਹੋ ਜਾਣ, ਘਰ ਦੇ ਵਿੱਚ ਬੱਚਾ ਜਾਏਗਾ, ਪੈਸੇ ਕਮਾਏਗਾ, ਘਰ ਦੇ ਵਿੱਚ ਭੇਜੇਗਾ, ਸਮਾਂ ਚੰਗਾ ਆ ਜਾਏਗਾ, ਇਸੇ ਕਰਕੇ ਭੇਜਦੇ ਹਾਂ। ਹੁਣ ਮੰਨ ਲਓ 20-25 ਲੱਖ ਰੁਪਈਆ ਲਾ ਕੇ ਆਪਾਂ ਬੱਚੇ ਨੂੰ ਬਾਹਰਲੀ ਕੰਟਰੀ ਦੇ ਵਿੱਚ, ਪਰਦੇਸ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਭੇਜ ਦਿੰਦੇ ਹਾਂ, ਕਮਾਈ ਕਰਨ ਵਾਸਤੇ ਭੇਜ ਦਿੰਦੇ ਹਾਂ। ਹੁਣ ਬੱਚਾ ਉੱਥੇ ਜਾ ਕੇ ਇੰਨੇ ਮਹਿੰਗੇ ਮੁੱਲ, ਇੰਨਾ ਮਹਿੰਗਾ ਰੁਪਈਆ ਖਰਾਬ ਕਰਕੇ ਉੱਥੇ ਜਾ ਕੇ ਕਮਾਈ ਨਾ ਕਰੇ,
ਤੇ ਮਾਂ ਪਿਓ ਕੀ ਸੋਚਦਾ? ਮਾਂ ਪਿਓ ਗੁੱਸੇ ਹੁੰਦਾ ਹੈ ਜਾਂ ਖੁਸ਼ ਹੁੰਦਾ? ਮਾਂ ਪਿਓ ਗੁੱਸੇ ਹੋਏਗਾ ਨਾ ਕਿ ਸਾਡਾ ਬੱਚਾ ਜਿਹੜਾ ਇੰਨੇ ਪੈਸੇ ਲਾ ਕੇ ਜਿਹਨੂੰ ਭੇਜਿਆ ਪਰ ਉਹ ਸਾਡੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਿਆ, ਔਰ ਇੰਨੇ ਪੈਸੇ ਵੀ ਖਰਾਬ ਹੋ ਜਾਣ ਤੇ ਬੱਚਾ ਵੀ ਕਹਿਣੇ ਤੋਂ ਬਗੈਰ ਹੋ ਜਾਵੇ, ਬੱਚਾ ਵੀ ਵਿਗੜ ਜਾਵੇ ਤੇ ਮਾਂ ਪਿਓ ਆਪ ਦੁਖੀ ਹੁੰਦਾ। ਤੇ ਅਖੀਰ ਨੂੰ ਜਦੋਂ ਬੱਚੇ ਦਾ ਘਰ ਆਉਣ ਦਾ ਸਮਾਂ ਆਉਣਾ, ਅਖੀਰ ਨੂੰ ਬੱਚੇ ਨੇ ਤਾਂ ਫਿਰ ਆਪਣੇ ਘਰ ਹੀ ਆਉਣਾ ਨਾ, ਜਦੋਂ ਘਰ ਆਉਣ ਦਾ ਫਿਰ ਸਮਾਂ ਆਉਂਦਾ। ਹੁਣ ਤੁਸੀਂ ਸੋਚੋ ਕਿ ਉਹ ਬੱਚਾ ਮਾਂ ਪਿਓ ਦੇ ਅੱਗੇ ਆ ਕੇ ਸਿਰ ਝੁਕਾ ਕੇ ਖੜਾ ਹੋਵੇਗਾ ਜਾਂ ਸਿਰ ਚੱਕ ਕੇ ਖੜਾ ਹੋਵੇਗਾ? ਜੇ ਤਾਂ ਕੁਝ ਕਮਾਈ ਕੀਤੀ ਹੋਏਗੀ ਤਾਂ ਸਿਰ ਚੱਕ ਕੇ ਗੱਲ ਕਰੇਗਾ ਕਿ ਮੈਂ ਕਮਾਈ ਕਰਕੇ ਆਇਆ, ਪਰ ਜੇ ਕਮਾਈ ਕੋਈ ਨਹੀਂ ਕੀਤੀ ਸ਼ਰਮਿੰਦਾ ਹੋ ਕੇ ਫਿਰ ਸਿਰ ਨੀਵਾਂ ਕਰਕੇ ਖੜ ਜਾਂਦਾ। ਏਦਾਂ ਹੀ ਸਾਨੂੰ ਸਾਰਿਆਂ ਨੂੰ ਉਸ ਪਰਮਾਤਮਾ ਨੇ ਮਹਿੰਗੇ ਮੁੱਲ ਦੇ ਸਾਹ ਦੇ ਕਰਕੇ, ਮਹਿੰਗੇ ਮੁੱਲ ਦਾ ਸਰੀਰ ਦੇ ਕੇ ਇੱਥੇ ਮਾਤਲੁਕ 'ਤੇ ਕਮਾਈ ਕਰਨ ਵਾਸਤੇ ਭੇਜਿਆ। ਹੁਣ ਮੰਨ ਲਓ ਅਸੀਂ ਇੱਥੇ ਜਾ ਕੇ ਆ ਕੇ ਸਮਾਂ ਉੱਦਾਂ ਹੀ ਗਵਾ ਲਿਆ, ਕੁਝ ਕੀਤਾ ਹੀ ਨਹੀਂ, ਤੇ ਅਖੀਰ ਨੂੰ ਜਾਣਾ ਤਾਂ ਫਿਰ ਵੀ ਉੱਥੇ ਹੀ ਆ ਨਾ। ਤੇ ਹੁਣ ਸੋਚੋ ਫਿਰ ਕਿ ਸਾਡਾ ਜਿਹੜਾ ਬਾਪ ਹੈ ਜਿਹਨੇ ਸਾਨੂੰ ਇਸ ਧਰਤੀ 'ਤੇ ਭੇਜਿਆ ਉਹ ਸਾਡੇ ਤੋਂ ਖੁਸ਼ ਹੋਵੇਗਾ ਜਾਂ ਨਾਰਾਜ਼ ਹੋਵੇਗਾ? ਤੇ ਅਸੀਂ ਉੱਥੇ ਸਿਰ ਝੁਕਾ ਕੇ ਖੜਾਂਗੇ ਜਾਂ ਸਿਰ ਚੱਕ ਕੇ ਖੜਾਂਗੇ? ਸੋਚਣਾ ਕਰੋ। ਜਾਂ ਸਾਡਾ ਬੱਚਾ ਕਹਿਣੇ 'ਚ ਨਹੀਂ ਤੇ ਫਿਰ ਸਾਡੇ ਮੂਹਰੇ ਸ਼ਰਮਿੰਦਾ ਹੈ ਨਾ ਬਾਪ ਮੂਹਰੇ, ਤੇ ਜਦੋਂ ਅਸੀਂ ਆਪਣੇ ਬਾਪ ਮੂਹਰੇ ਜਾਣਾ ਤੇ ਪੈਰੀ ਸਾਹਿਬ ਸਿੰਘ ਜੀ ਫਿਰ ਸਾਨੂੰ ਸ਼ਰਮਿੰਦਗੀ ਮਹਿਸੂਸ ਹੋਣੀ। ਕਿਉਂ? ਕਿਉਂਕਿ ਸਾਨੂੰ ਜਿਹੜੇ ਕਾਰਜ ਵਾਸਤੇ ਭੇਜਿਆ ਸੀ ਉਸ 'ਤੇ ਅਸੀਂ ਖਰੇ ਨਹੀਂ ਉਤਰੇ। ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪਰਦੇਸ ਝਾਗ ਸੌਦੇ ਕੋ ਆਇਆ ਵਸਤ ਅਨੂਪ, ਸੁਣੀ ਲਵਾਇਆ ਪਰਮਾਤਮਾ ਨੇ ਕਿਹਾ ਕਿਆ ਸਵਾਸ ਖਰਚ ਕੇ ਇੱਥੋਂ ਕੋਈ ਅਨਮੋਲ ਵਸਤ ਖਰੀਦ ਕੇ ਲੈ ਕੇ ਆਉਣੀ ਆ, ਕਿ ਜਿਸ ਵਸਤੂ ਦੀ ਗੱਲ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਕਰਦੇ, ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ। ਅੱਗੇ ਸਤਿਗੁਰੂ ਨੇ ਉਸ ਸਰੀਰ ਨੂੰ ਕਿਹਾ, ਸਰੂਹ ਨੂੰ ਕਿਹਾ ਕਿ ਗੁਣ ਰਾਸ ਬੰਨ ਪੱਲੇ ਆਨੀ, ਕਿ ਗੁਣਾਂ ਦੀ ਗੁਥਲੀ ਪੱਲੇ ਬੰਨ ਕੇ ਲੈ ਕੇ ਆਈ, ਕਿਤੇ ਉੱਦਾਂ ਹੀ ਨਾ ਝੋਲੀ ਝਾੜਦਾ ਜੇ। ਵੇਖ ਰਤਨ ਇਹ ਮਨ ਲਪਟਾਨੀ, ਕਹਿੰਦੇ ਦੁਨੀਆਂ ਦੇ ਰਤਨ ਪੈਸੇ ਧੇਲੇ ਦੇਖ ਕੇ ਦੁਨੀਆਂ ਦੇ ਲਾਲਚ ਵਿੱਚ ਆ ਕੇ ਆ ਜਿਹੜਾ ਅਸਲੀ ਰਤਨ ਤੈਨੂੰ ਦੇ ਕੇ ਤੋਰਿਆ, ਮਹਿੰਗੇ ਮੁੱਲ ਦਾ ਸਰੀਰ 84 ਲੱਖ ਜੋਨਾਂ ਤੋਂ ਬਾਅਦ ਜਿਹੜਾ ਮਿਲਿਆ। ਦੇਖ ਰਤਨ ਇਹ ਮਨ ਲਪਟਾਨੀ, ਕਹਿੰਦੇ ਇਸ ਰਤਨ ਨੂੰ ਬਿਨਾਂ ਕਿਤੇ ਐਵੇਂ ਹੀ ਸਿੱਟ ਕੇ ਆ ਜਾਏ। ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਹ ਵਪਾਰੀ ਦੁਆਰੇ ਆਏ, ਤੇ ਅਖੀਰ ਨੂੰ ਕਹਿੰਦੇ ਜਦੋਂ ਸਾਹਾਂ ਦੇ ਵਪਾਰੀ ਦੁਆਰੇ ਆ ਕੇ ਖੜ ਗਏ ਨਾ ਤੇ ਫਿਰ ਕੀ ਹੋਣਾ, ਵੱਖਰ ਕਾਢੋ ਸੌਦਾ ਕਰਾਏ, ਉਹਨਾਂ ਵਿੱਚੋਂ ਉਹਨਾਂ ਨੇ ਤੁਹਾਡੇ ਵਿੱਚੋਂ ਚੰਗੇ ਗੁਣ ਪਹਿਲਾਂ ਕੱਢਣੇ ਆ, ਬਾਕੀ ਸਾਰਾ ਕੁਝ ਇੱਥੇ ਹੀ ਛੱਡ ਜਾਣਾ। ਤੁਹਾਡੇ ਵਿੱਚੋਂ ਚੰਗਿਆਈ ਲੈ ਕੇ ਜਾਣੀ, ਤੁਹਾਡੇ ਵਿੱਚ ਚੰਗਿਆਈ ਕੀ ਹੈ, ਤੁਸੀਂ ਚੰਗਾ ਕੀ ਕੀਤਾ? ਵੱਖਰ ਕਾਢੋ ਸੌਦਾ ਕਰਾਏ, ਫਿਰ ਹਰ ਇੱਕ ਚੀਜ਼ ਦਾ ਜਿਹੜਾ ਉਹ ਲੇਖਾ ਜੋਖਾ ਹੋਣਾ। ਸਾਹ ਪਠਾਇਆ ਸਾਹੇ ਪਾਸ, ਕਹਿੰਦੇ ਨਾ ਕਿ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜੇ ਮਾਈ। ਆ ਵਿਆਹ ਦਾ ਸਾਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਇੱਕ ਲੜਕਾ ਲੜਕੀ ਦਾ ਆਪਾਂ ਵਿਆਹ ਕਰਦੇ ਹਾਂ ਤੇ ਸਾਹਾ ਪਹਿਲਾਂ ਕੱਢਿਆ ਜਾਂਦਾ ਹੈ, ਪਰ ਕਹਿੰਦੇ ਇਨਸਾਨ ਦਾ ਜਿੱਦਣ ਜਨਮ ਹੁੰਦਾ ਨਾਲ ਹੀ ਸਾਹਾ ਕੱਢ ਦਿੱਤਾ ਜਾਂਦਾ ਕਿ ਅੱਜ ਤੋਂ ਇੰਨੇ ਸਮੇਂ ਬਾਅਦ ਤੇਰਾ ਸਮਾਂ ਸਮਾਪਤ ਹੈ।
ਸਾਹ ਪਠਾਇਆ ਸਾਹੇ ਪਾਸ ਅਮੋਲ ਰਤਨ ਅਮੋਲਾ ਰਾਸ। ਕਹਿੰਦੇ ਆ ਸਰੀਰ ਵੀ ਅਨਮੋਲ ਆ, ਇਹਦਾ ਕੋਈ ਮੁੱਲ ਨਹੀਂ। ਇਹਦਾ ਪਤਾ ਕਦੋਂ ਲੱਗਦਾ ਕਿ ਅਨਮੋਲ ਆ? ਜਦੋਂ ਅਸੀਂ ਡਾਕਟਰਾਂ ਦੇ ਕੋਲ ਜਾਂਦੇ ਹਾਂ, ਕਿਸੇ ਇੱਕ ਅੰਗ ਦਾ ਇਲਾਜ ਕਰਾਉਣਾ ਹੋਵੇ, ਲੱਖਾਂ ਰੁਪਈਆ ਲੱਗਦਾ। ਮੰਨ ਲਓ ਸਾਰਾ ਸਰੀਰ ਹੀ ਜੇ ਖਰਾਬ ਹੋ ਜਾਵੇ, ਇਹਦਾ ਇਲਾਜ ਕਰਾਉਣਾ ਹੋਵੇ ਤਾਂ ਕਿੰਨਾ ਪੈਸਾ ਲੱਗੇਗਾ? ਉਹਨਾਂ ਚਿਰ ਅਸੀਂ ਹੰਕਾਰ ਦੇ ਵਿੱਚ ਫਿਰਦੇ ਹਾਂ। ਮਾਟੀ ਕੋ ਪੁੱਤਰਾ ਕਿਸੇ ਨੱਚਤ ਹੈ, ਦੇਖੈ ਦੇਖੈ ਸੁਨੇ ਬੋਲੇ ਦੌੜਿਓ ਫਿਰਦਾ। ਨੱਠਦੇ ਭੱਜਦੇ ਆ, ਬਸ ਕੀ ਦੌੜਿਆ ਕਿ ਵੱਧ ਤੋਂ ਵੱਧ ਪੈਸਾ ਜੋੜ ਲਈਏ, ਪੈਸਾ ਜੋੜ ਲਈਏ। ਸਾਡੀ ਹੋਰ ਕੋਈ ਦੌੜੀ ਹੈ ਨਹੀਂ। ਚਾਹੇ ਕੋਈ ਗਰੀਬ ਆ ਜਾਂ ਅਮੀਰ ਆ, ਹਰ ਇੱਕ ਨੂੰ ਸਾਨੂੰ ਆਪ ਆਪਣੀ ਦੌੜ ਆ। ਅਮੋਲ ਰਤਨ ਅਮੋਲਾ ਰਾਸ। ਕਹਿੰਦੇ ਸਰੀਰ ਅਨਮੋਲ ਹੈ, ਅਸਲ ਦੇ ਵਿੱਚ ਸਾਨੂੰ ਇਹਦਾ ਅਸਲ ਕਾਰਜ ਪਤਾ ਹੀ ਨਹੀਂ ਕਿ ਇਹ ਸਰੀਰ ਸਾਨੂੰ ਕਿਉਂ ਮਿਲਿਆ, ਕਿਸ ਗੱਲ ਨਾਲ ਮਿਲਿਆ, ਅਤੇ ਅਸੀਂ ਇਸ ਦੁਨੀਆਂ ਦੇ ਵਿੱਚ ਕਿਉਂ ਆਏ ਹਾਂ। ਭਾਵੇਂ ਅਸੀਂ ਸੁਣਦੇ ਹਾਂ ਕਿ 84 ਲੱਖ ਜੋਨਾਂ ਤੋਂ ਬਾਅਦ ਇਹ ਸਰੀਰ ਮਿਲਿਆ, ਪਰ ਜੇ ਸਾਨੂੰ ਪਤਾ ਹੈ ਤਾਂ ਫਿਰ ਅਸੀਂ ਇਹਦੀ ਕਦਰ ਕਿਉਂ ਨਹੀਂ ਕਰਦੇ? ਅਮੋਲ ਰਤਨ ਅਮੋਲਾ ਰਾਸ ਵਿਸ਼ਟ ਸੋ ਭਾਈ ਪਾਇਆ ਮੀਤ ਸੌਦਾ ਮਿਲਿਆ ਨਿਹਚਲ ਚੀਤ ਭਉ ਨਹੀਂ ਤਸਕਰ ਪਾਉਣ ਨਾ ਪਾਣੀ ਸਹਿਜ ਵਿਹਾਜੀ ਸਹਿਜ ਲੈ ਜਾਣੀ ਸਤ ਕੇ ਖੱਟੀਏ ਦੁੱਖ ਨਹੀਂ ਪਾਇਆ ਸਹੀ ਸਲਾਮਤ ਘਰ ਲੈ ਆਇਆ ਮਿਲਿਆ ਲਾਹ ਭਏ ਆਨੰਦ ਧਨ ਸਾਹ ਪੂਰੇ ਬਖਸ਼ੰਦ ਇਹ ਸੌਦਾ ਗੁਰਮੁਖ ਕਿਨੇ ਵਿਰਲੇ ਪਾਇਆ। ਕਹਿੰਦੇ ਐਸੇ ਵਿਰਲੇ ਕੋਈ ਲੋਕ ਆ ਜਿਹਨਾਂ ਨੂੰ ਅਸਲ ਦੇ ਵਿੱਚ ਇਹ ਸੌਦਾ ਸਮਝ ਆਉਂਦਾ ਕਿ ਦੁਨੀਆਂ ਦੇ ਵਿੱਚ ਅਸੀਂ ਕਿਹੜਾ ਸੌਦਾ ਖਰੀਦਣ ਵਾਸਤੇ ਆਏ ਆ। ਪਿਆਰੀ ਸਾਧਸੰਗ ਜੀ ਕਹਿੰਦੇ ਜੇ ਅਸੀਂ ਰਾਤ ਨੂੰ ਸੌਣ ਲੱਗੇ ਨਾ ਤੇ ਬੇਨਤੀਆਂ ਕਰਕੇ ਸੌਈਆਂ ਕਿ ਐ ਪਰਮਾਤਮਾ ਦਿਨ ਲਈ ਤੇਰਾ ਧੰਨਵਾਦ, ਆ ਜਿਹੜਾ ਦਿਨ ਮੈਂ ਬਤੀਤ ਕੀਤਾ ਇਸ ਦਿਨ ਲਈ ਤੇਰਾ ਧੰਨਵਾਦ, ਆ ਤੇਰੀ ਗੋਦ ਦੇ ਵਿੱਚ ਸੌਣ ਲੱਗਿਆ ਮੈਨੂੰ ਉਠਾਉਣਾ ਜਾਂ ਨਹੀਂ ਉਠਾਉਣਾ ਇਹ ਤੇਰਾ ਹੁਕਮ ਹੈ। ਕਿਉਂਕਿ ਇਨਸਾਨ ਆਪਣੇ ਆਪ ਨਹੀਂ ਉੱਠਦਾ, ਕਦੀ ਸੁੱਤਾ ਬੰਦਾ ਵੀ ਉੱਠਦਾ ਆਪਣੇ ਆਪ ਨਾ, ਉਹ ਪਰਮਾਤਮਾ ਉਠਾਉਂਦਾ ਅਤੇ ਬੰਦਾ ਉੱਠਦਾ ਨਹੀਂ। ਤਾਂ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਸੁਣਦੇ ਹਾਂ ਕਿ ਫਲਾਨਾ ਰਿਸ਼ਤੇਦਾਰ ਸੁੱਤਾ ਹੀ ਰਹਿ ਗਿਆ, ਸੁਣਦੇ ਹਾਂ ਨਾ, ਕਿਉਂਕਿ ਜਿਹਨੂੰ ਉਠਾ ਦਿੰਦਾ ਉਹਨੂੰ ਕਦਰ ਨਹੀਂ ਅਤੇ ਜਿਹੜਾ ਸੁੱਤਾ ਰਹਿ ਜਾਂਦਾ ਉਹ ਕੁਝ ਕਹਿ ਨਹੀਂ ਸਕਦਾ। ਪਿਆਰੀ ਸਾਧਸੰਗ ਇਸ ਕਰਕੇ ਕਹਿੰਦੇ ਜੇ ਪਰਮਾਤਮਾ ਨੇ ਦਿਨ ਦੀ ਬਖਸ਼ਿਸ਼ ਕੀਤੀ ਤੇ ਸੌਣ ਲੱਗੇ ਧੰਨਵਾਦ ਕਰੋ ਕਿ ਪਰਮਾਤਮਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਅੱਜ ਦਿਨ ਦੇਖਣ ਨੂੰ ਦਿੱਤਾ ਤੇ ਮੈਂ ਹੁਣ ਤੇਰੀ ਗੋਦ ਦੇ ਵਿੱਚ ਸੌਣ ਲੱਗਿਆ। ਜੇ ਤੇਰਾ ਹੁਕਮ ਆਇਆ ਸਵੇਰੇ ਠਾਲਦੇ ਨਹੀਂ ਤਾਂ ਮੈਂ ਹੁਣੇ ਤੇਰਾ ਧੰਨਵਾਦ ਕਰਦਾ, ਤੇਰੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਾ। ਜੇ ਬੇਨਤੀਆਂ ਹਰ ਦੋ ਵੇਲੇ ਆਪਾਂ ਕਰਦੇ ਹਾਂ ਨਾ ਤੇ ਜ਼ਿੰਦਗੀ ਦੇ ਵਿੱਚ ਕਦੇ ਦੁੱਖ ਤਕਲੀਫ਼ ਕਦੇ ਵੈਰ ਕਦੇ ਈਰਖਾ ਕਦੇ ਕ੍ਰੋਧ ਨਹੀਂ ਆ ਸਕਦਾ। ਜਪੋ ਜੀ ਸਤਨਾਮ, ਕਿਉਂਕਿ ਇਹ ਬੇਨਤੀਆਂ ਹੀ ਉਹੀ ਇਨਸਾਨ ਕਰਦਾ ਜਿਹੜਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦਾ, ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦਾ, ਬੇਨਤੀਆਂ ਹੀ ਉਹ ਕਰ ਸਕਦਾ। ਇਹ ਸੌਦਾ ਗੁਰਮੁਖ ਕਿੰਨੇ ਵਿਰਲੇ ਪਾਇਆ? ਕਹਿੰਦੇ ਇਹ ਜਿਹੜਾ ਸੌਦਾ ਕੋਈ ਗੁਰਮੁਖ ਵਿਰਲਾ ਹੀ ਸਮਝ ਸਕਦਾ। ਸਹਿਲੀ ਵੇਖ ਨਾਨਕ ਲੈ ਆਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੈ, ਕਹਿੰਦੇ ਜੇ ਇਹ ਸੌਦੇ ਬਾਰੇ ਸਮਝਣਾ ਹੈ ਤੇ ਗੁਰੂ ਦੀ ਸ਼ਰਨ ਪ੍ਰਾਪਤ ਕਰ ਲਈਏ। ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪਰਦੇਸ ਜਾਗ
ਸੌਦੇ ਕੋ ਆਇਆ ਪਰਦੇਸ ਜਾਗ ਸੌਦੇ ਕੋ ਆਇਆ 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 ਸੌਦੇ ਸੌਦੇ ਕੋ ਆਇਆ ਸੌਦੇ ਕੋ ਆਇਆ ਸੌਦੇ ਕੋ ਆਇਆ ਸੌਦੇ ਕੋ ਦੀਵੇ ਦਿਲੋਂ ਉਹ ਜ਼ਿੰਦਗੀ ਦਾ ਖੇਲ ਹੋਏ ਬੁਝ ਜਾਣ ਦੀ ਜਦੋਂ ਮੁੱਕ ਜਾਣ ਤੇਲ ਹੋਏ ਦੀਵੇ ਦਿਲੋਂ ਜ਼ਿੰਦਗੀ ਦਾ ਖੇਲ ਹੋਏ ਦੀਵੇ ਦਿਲੋਂ ਜ਼ਿੰਦਗੀ ਦਾ ਖੇਲ ਹੋਏ ਬੁਝ ਜਾਣ ਦੀਵਾ ਜਦੋਂ ਮੁੱਕ ਜਾਣ ਤੇਲ ਹੋਏ ਦੀਵੇ ਦਿਲੋਂ ਜ਼ਿੰਦਗੀ ਦਾ ਖੇਲ ਹੋਏ ਬੁਝ ਜਾਣ ਦੀਵਾ ਜਦੋਂ ਮੁੱਕ ਜਾਣ ਤੇਲ ਹੋਏ ਦੀਵੇ ਦਿਲੋਂ ਮਾਰੇਗਾ ਉਡਾਰੀ ਤੇਥੋਂ ਉੱਡਿਆ ਵੀ ਜਾਣਾ ਜਾਣ ਦੀਵਾ ਜਦੋਂ
ਗੱਡੀ ਬਹਿ ਜਾ ਬੜਾ ਸੁੱਖ ਪਾਵੇਂਗਾ ਵਾਂਗ ਮੁਸਾਫਰਾਂ ਇੱਥੋਂ ਚਲਾ ਜਾਵੇਂਗਾ ਨਾਮ ਵਾਲੀ ਗੱਡੀ ਬਹਿ ਜਾ ਬੜਾ ਸੁੱਖ ਪਾਵੇਂਗਾ ਸੁੱਤਾ ਰਹਿ ਸਟੇਸ਼ਨ ਤੇ ਸੁੱਤਾ ਰਹਿ ਸਟੇਸ਼ਨ ਤੇ ਉਹ ਲੰਘ ਚੱਲੀ ਰੇ ਲੋਏ ਬੁਝ ਜਾਣਾ ਦੀਵਾ ਜਦੋਂ ਮੁੱਕ ਜਾਣਾ ਤੇ ਲੋਏ ਦੀਵੇ ਦੀਵੋ ਉਹ ਜ਼ਿੰਦਗੀ ਦਾ ਖੇਲੋਏ ਬੁਝ ਜਾਣਾ ਦੀਵਾ ਜਦੋਂ ਲੰਘ ਚੱਲੀ ਰੇ ਲੋਏ ਬੁਝ ਜਾਣ ਦੀ ਓਏ